प्राइम एशिया टीवी देख रहे सारे दर्शकों का स्वागत है जी। प्रोग्राम प्राइम टॉक दे विच, प्राइम टॉक दे विच करते हैं असी गलबात गलबात कई मुद्दों पर, गलबात उन्होंने इंसानों की जिन्होंने अपनी जिंदगी की शुरुआत बहुत थोड़े तो की, कैनेडा में आके मुड़ के कामयाबी दी बुलंदियों तक पहुँचे, पर वो सफ़र किवें रहा। बहुत सारी शख्सियत अजिहां ने जिन्हों असी स्टूडियो में रूबरू करवा चुके हैं, तो बहुत सारिया अजिहां ने जिन्हों रूबरू करवाना बाकी सी। अज मेरे नाल जो मेहमान बैठे ने उन्होंने भी अपने सफ़र की शुरुआत कैनेडा में किस तरह की थी, पिछोकड़ की रहा, उन्हां बारे गल करदे आ तां कि उन्हां दी जिंदगी तो सीध लै के तुसीं भी कुछ कुछ ना कुछ सीख सको। जिहड़ी साडी नौजवान पीढ़ी इत्थे पहुंची है, जिहड़े रातों रात अमीर होण दे सुपने देखदे आ, पर उह जिहड़ा शॉर्टकट अपनाउणा चाहुंदे आ, पर शॉर्टकट कामयाबी दा किते भी नहीं हुंदा। जी हाँ, अज मेरे नाल बैठे ने मान ट्रैवल तो अमरजीत मान जी। मान जी, स्वागत तुहाडा। सत श्री अकाल भाई जी। प्राइम एशिया दे सारे दर्शकां नूं मेरे वल्लों प्यार भरी सत श्री अकाल, ते तुहानूं वी भाई जी सत श्री अकाल जी। पहला मैं तुहानूं दस देवां कि मान ट्रैवल बारे तुसीं साडे जे प्राइम एशिया टीवी नूं लगातार देखदे हो, ते उस उपर तुसीं मान ट्रैवल दी ऐड ते चलदी देखदे हो, पर बहुत बार अमरजीत भाजी हुणी बिजी इन्ने हुंदे आ कि साडे वास्ते उहनां कोल वक्त बहुत घट निकलदा। अज्ज असीं उहनां नूं लै के आए स्टूडियो विच कि पहलां भाजी हुणां बारे गल्लबात कीती जावे। भाई सब पहलां आपणे बारे दसो, पिछोकड़ कित्थों दा तुहाडा, पंजाब तों किहड़े पिंड तों, उहदे बारे दसो जी। भाजी मेरा जिला हैगा मोगा, तो पिंड किशनपुरा कलां, तो असी 1987 च इत्थे आए सी विद द फैमिली। सो मैनू आलमोस्ट 1999 च असी मान ट्रैवल शुरू किया सीगा। अच्छा जी, हाँ जी। तो जदों इत्थे तुसीं चले सी भारत तों इधर नूं उड़ान भरनी सी, उस तों पहलां दी जिंदगी किस तरह की सी, विद्यार्थी किस तरह के सीगे तुसीं, लायक सी या ठीक सी या शरारती सी, उहदे बारे दसो जी। ਭਾਜੀ ਜਿਸ ਤਰ੍ਹਾਂ ਐਵਰੇਜ ਸੀਗੇ, ਜਿਸ ਤਰ੍ਹਾਂ ਹੁੰਦੇ ਆ ਸਟੂਡੈਂਟ, ਬਟ ਸ਼ਰਾਰਤੀ ਤਾਂ ਨਹੀਂ ਸੀਗੇ। ਵੈਨ ਦੈਨ ਆਈ ਵਾਜ਼ 18 ਵੈਨ ਆਈ ਕੇਮ ਟੂ ਕੈਨੇਡਾ ਦੈਟ ਟਾਈਮ 1987। ਅਤੇ ਪੇਰੈਂਟਸ ਦਾ, ਯਾਨੀ ਕਿ ਮਾਪਿਆਂ ਦਾ, ਫਾਦਰ ਸਾਹਿਬ ਦਾ ਉੱਥੇ ਕੰਮ ਘਰ ਕੀ ਸੀਗਾ ਪਿੰਡ ਦੇ ਵਿੱਚ? ਪੇਰੈਂਟਸ ਮੇਰੇ ਡੈਡੀ ਇੱਥੇ ਸੀਗੇ, ਉਹਨਾਂ ਨੇ ਬੁਲਾਇਆ ਸੀ ਸਾਨੂੰ। ਅੱਛਾ, ਉਹ ਪਹਿਲਾਂ ਆ ਗਏ ਸੀ? ਹਾਂਜੀ, ਬਟ ਅਸੀਂ ਖੇਤੀਬਾੜੀ ਕਰਦੇ ਸੀ, ਜਿਵੇਂ ਸਾਡੇ ਪੇਰੈਂਟ ਚਾਚਾ ਜੀ ਹੋਣੀ ਜਾਂ ਫੈਮਿਲੀ ਨਾ। ਹਾਂਜੀ, ਜ ਉੱਥੇ ਤੁਸੀਂ ਖੇਤੀਬਾੜੀ ਕਰਦੇ ਸੀ, ਫਿਰ ਤੁਹਾਨੂੰ ਮੌਕਾ ਮਿਲ ਗਿਆ, ਫਾਦਰ ਸਾਹਿਬ ਤੁਹਾਡੇ ਇੱਥੇ ਸੀਗੇ। ਹਾਂਜੀ, 18 ਸਾਲ ਦਾ ਇੱਕ ਨੌਜਵਾਨ ਜਦੋਂ ਪਿੰਡੋਂ ਚੱਲਦਾ ਸਿੱਧਾ ਕੈਨੇਡਾ ਨੂੰ। ਹਾਂਜੀ, ਉਸ ਤੋਂ ਪਹਿਲਾਂ ਕੋਈ ਵੱਡੇ ਸ਼ਹਿਰ ਵੇਖੇ ਸੀਗੇ ਇੰਡੀਆ ਦੇ ਵਿੱਚ ਕਿ ਸਿੱਧਾ ਇੱਧਰ ਨੂੰ ਹੀ ਉਡਾਨ ਭਰੀ ਸੀਗੀ? ਨਹੀਂ, ਬਹੁਤ ਦੇਖੇ ਸੀਗੇ ਜੀ, ਬਹੁਤ ਸ਼ਹਿਰ ਕਾਫੀ ਘੁੰਮਿਆ ਇੰਡੀਆ। ਅੱਛਾ, ਹਾਂਜੀ। ਕਿਉਂਕਿ ਜ਼ਿਆਦਾਤਰ ਹੁੰਦਾ ਇਹ ਆ ਕਿ ਅਕਸਰ ਇਹ ਸਵਾਲ ਆਉਂਦਾ ਕਿ ਜਿਸ ਇਨਸਾਨ ਨੇ ਕਦੇ ਦਿੱਲੀ ਬੰਬੇ ਤੱਕ ਨਹੀਂ ਦੇਖਿਆ ਹੁੰਦਾ, ਉਹ ਜਦੋਂ ਸਿੱਧਾ ਟੋਰਾਂਟੋ ਵਰਗੇ ਵੱਡੇ ਸ਼ਹਿਰ 'ਚ ਉੱਤਰਦਾ ਤਾਂ ਉਹਨੂੰ ਇਹ ਸੁਪਨਮਈ ਸੰਸਾਰ ਜਿਹਾ ਲੱਗਦਾ, ਕਿ ਉਸ ਤੋਂ ਬਾਅਦ ਉਹਦੀਆਂ ਸੋਚਣੀ ਕੁਛ ਹੋਰ ਹੁੰਦੀ ਹੈ। ਪਰ ਤੁਸੀਂ ਟਰੈਵਲ ਪਹਿਲਾਂ ਵੀ ਕਰ ਚੁੱਕੇ? ਹਾਂਜੀ ਹਾਂਜੀ, ਪਹਿਲਾਂ ਕਰ, ਮਤਲਬ ਟਰੈਵਲ ਤੁਹਾਡੇ ਨਾਲ ਜੁੜਿਆ ਹੋਇਆ ਸ਼ੁਰੂ? ਹਾਂਜੀ ਹਾਂਜੀ, ਠੀਕ, ਸ਼ੁਰੂ ਤੋਂ ਹੀ ਸ਼ੌਂਕ ਸੀਗਾ ਟਰੈਵਲ ਦਾ, ਅਤੇ ਫਿਰ ਜਦੋਂ ਇੱਧਰ ਨੂੰ ਉਡਾਨ ਭਰੀ, ਹਾਂਜੀ, ਉਦੋਂ ਫਿਰ ਮਨ ਦੇ ਅੰਦਰ ਖਿਆਲ ਕਿਸ ਤਰ੍ਹਾਂ ਦੇ ਸੀ, ਵਲਵਲੇ ਕਿਸ ਤਰ੍ਹਾਂ ਦੇ, ਸੁਪਨੇ ਕਿਸ ਤਰ੍ਹਾਂ ਦੇ ਸੀਗੇ? ਸੁਪਨੇ ਸੀਗੇ ਵੀ ਮਿਹਨਤ ਕਰਕੇ ਕੁਛ ਕਰਾਂਗੇ, ਜਿਸ ਤਰ੍ਹਾਂ ਆਪਣੇ ਪੇਰੈਂਟਸ ਨੇ ਕੀਤਾ ਹੈਗਾ, ਉਸ ਤੋਂ ਵੱਧ ਕਰਾਂਗੇ, ਰਾਈਟ, ਅਤੇ ਮਿਹਨਤ ਕਰਾਂਗੇ। ਇੱਥੇ ਸੁਣਿਆ ਸੀ ਵੀ ਜਿਹੜੇ ਮਿਹਨਤ ਕਰਦੇ ਆ ਕੈਨੇਡਾ 'ਚ ਉਹਨੂੰ ਅਪਰਚੁਨਿਟੀ ਬਹੁਤ ਹੈ। ਸੋ ਇੱਥੇ ਜੇ ਤੁਸੀਂ ਇਮਾਨਦਾਰੀ ਨਾਲ ਵੀ ਕੰਮ ਕਰਦੇ ਹੋ, ਤੁਹਾਨੂੰ ਪਰਮਾਤਮਾ ਬਹੁਤ ਤਰੱਕੀ ਦਿੰਦਾ ਜੀ। ਅੱਛਾ, ਇੱਥੇ ਤੁਸੀਂ ਪਹੁੰਚ ਗਏ? ਹਾਂਜੀ। ਫਿਰ ਸਭ ਤੋਂ ਪਹਿਲੇ ਜਦੋਂ ਪਹਿਲੇ ਦਿਨ ਸੀਗੇ, ਉਹ ਕਿਸ ਤਰ੍ਹਾਂ ਬੀਤੇ? ਤੁਸੀਂ ਕੋਈ ਐਜੂਕੇਸ਼ਨ ਜਾਂ ਪ੍ਰਾਪਤ ਕੀਤੀ ਜਾਂ ਕੀ ਕੀਤਾ ਜਾਂ ਸਿੱਧਾ ਕੰਮ ਕਰ? ਨਹੀਂ, ਐਜੂਕੇਸ਼ਨ ਪਾਰਟ ਟਾਈਮ ਕੀਤੀ ਸੀ ਜਿਵੇਂ, ਪਰ ਕੰਮ ਵੀ ਕਿਉਂਕਿ ਨਵੇਂ, ਤੁਹਾਨੂੰ ਪਤਾ ਹੀ ਆ ਜਦੋਂ ਕਿਸੇ ਕੰਟਰੀ 'ਚ ਜਾਂਦੇ ਹਾਂ ਜੀ, ਸੋ ਤੁਹਾਨੂੰ ਕੰਮ ਮਿਹਨਤ ਬਹੁਤ ਕਰਨੀ ਪੈਂਦੀ ਹੈ, ਬਟ ਨਾਲ ਦੀ ਨਾਲ ਸਟੱਡੀ ਵੀ ਕੀਤੀ, ਫੁੱਲ ਟਾਈਮ ਵੀ ਕੀਤੀ, ਪਾਰਟ ਟਾਈਮ ਵੀ ਕੀਤੀ। ਅੱਛਾ ਜੀ। ਸੋ ਨਾਲ ਪਾਰਟ ਟਾਈਮ ਕੰਮ ਵੀ ਕੀਤਾ, ਰਾਈਟ, ਸੋ ਇਸ ਤਰ੍ਹਾਂ। ਤੋ ਬੜੇ ਸ਼ੁਰੂਆਤੀ ਦਿਨ ਸੀ, ਪਹਿਲਾਂ ਉਹ ਐਕਸਪੀਰੀਅੰਸ ਦੱਸਿਓ, ਕੋਈ ਖਾਸ ਖਾਸ ਤਜਰਬੇ ਹੋਏ ਹੋਣ ਕਿ ਜਦੋਂ ਸ਼ੁਰੂ 'ਚ ਮੈਂ ਫਲਾਣੀ ਜਗ੍ਹਾ ਗਿਆ ਜਾਂ ਫਲਾਣਾ ਪਹਿਲਾ ਕੰਮ ਕੀਤਾ, ਉਹ ਤਜਰਬੇ ਥੋੜ੍ਹੇ ਸਾਂਝੇ ਕਰੋ ਸਾਡੇ ਦਰਸ਼ਕਾਂ ਦੇ ਨਾਲ, ਤਾਂ ਕਿ ਤੁਹਾਨੂੰ ਅਸੀਂ ਹੋਰ ਨੇੜਿਓਂ ਜਾਣ ਸਕੀਏ। ਭਾਅ ਜੀ, ਇਸ ਤਰ੍ਹਾਂ ਹੁੰਦਾ ਨਾ ਵੀ ਜਦੋਂ ਆਪਾਂ ਉੱਥੇ ਇੰਡੀਆ ਦਾ ਕੰਮ ਕੀਤਾ ਨਹੀਂ ਹੁੰਦਾ ਨਾ, ਇੱਥੇ ਆ ਕੇ ਫਿਰ ਜਦੋਂ ਤੁਹਾਨੂੰ 8-8, 9-9 ਘੰਟੇ ਲਗਾਤਾਰ ਕੰਮ ਕਰਨਾ ਪੈਂਦਾ, ਸਪੈਸ਼ਲੀ ਆਪਾਂ ਨੂੰ ਉੱਥੇ ਖੜ੍ਹਨ ਦੀ ਪ੍ਰੈਕਟਿਸ ਨਹੀਂ ਹੁੰਦੀ, ਕਿਉਂਕਿ ਉੱਥੇ ਮੋਸਟਲੀ ਜਿਹੜਾ ਵੀ ਕੰਮ ਹੁੰਦੇ ਆ ਬੈਠ ਕੇ ਹੀ ਹੁੰਦੇ ਆ, ਉਹ ਕਾਫੀ ਪ੍ਰੋਬਲਮ ਆਈ, ਬਟ ਉਦੋਂ ਠੀਕ ਰਿਹਾ। ਫਿਰ ਵਿੱਚੋਂ ਫੈਕਟਰੀ 'ਚ ਵੀ ਕੀਤਾ, ਟੈਕਸੀ ਵੀ ਚਲਾਈ, ਹੋਰ ਵੀ ਕਾਫੀ ਕੰਮ ਕੀਤੇ, ਰਾਈਟ, ਅਤੇ ਫਿਰ ਬਾਅਦ 'ਚ ਟਰੈਵਲ ਦਾ ਕੋਰਸ ਕਰਕੇ ਫਿਰ ਮੈਂ 1994-95 ਤੋਂ ਮੈਂ ਇਸ ਟਰੈਵਲ 'ਚ ਹੈਗਾ, ਫਿਰ 1999 'ਚ ਫਿਰ ਆਪਣਾ ਮੈਂ ਖੋਲਿਆ ਸੀ ਮਾਨ ਟਰੈਵਲ। ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹਾਂਜੀ ਕੁਛ
ਅਜਿਹੀਆਂ ਯਾਦਾਂ ਹੈ ਨੇ ਮਨ ਦੇ ਵਿੱਚ ਜਿਹੜੇ ਤੁਸੀਂ ਫੈਕਟਰੀਆਂ 'ਚ ਕੰਮ ਕੀਤੇ, ਟੈਕਸੀ ਚਲਾਈ, ਕਿ ਜਿੱਥੇ ਮਨ ਵਿੱਚ ਖਿਆਲ ਆਇਆ ਯਾਰ ਕਦ ਲਈ ਛੱਡਿਆ ਇੰਡੀਆ, ਕਦ ਲਈ ਐਵੇਂ ਆ ਗਿਆ, ਕਿਤੇ ਆਇਆ ਸੀ ਮਨ ਵਿੱਚ ਵਿਚਾਰ ਕਿ ਨਹੀਂ ਬਸ ਸਿਰੜੀ ਸੀਗੇ ਕੋਈ ਗੱਲ ਨਹੀਂ ਅੱਗੇ ਵਧਣਾ? ਨਹੀਂ, ਪਹਿਲਾਂ ਜਦੋਂ ਸ਼ੁਰੂ ਸ਼ੁਰੂ 'ਚ ਆਏ ਹਾਂ ਉਦੋਂ ਆਏ ਹੁੰਦਾ ਸੀ ਵੀ ਆਪਾਂ 2 ਸਾਲ 4 ਸਾਲ ਲਾ ਕੇ ਵੀ ਬੈਕ ਮੁੜ ਜਾਣਾ, ਇੱਥੇ ਬਹੁਤ ਕੰਮ ਕਰਨਾ ਪੈਂਦਾ, ਇੱਥੇ ਹਰ ਰੋਜ਼ ਕੰਮ ਕਰਨਾ, ਫਿਰ ਕਾਫੀ ਹਾਰਡ ਸੀਗਾ। ਬਟ ਫਿਰ ਹੁਣ ਹੌਲੀ ਹੌਲੀ ਹੁਣ ਤਾਂ ਇੱਥੇ ਹੀ ਵਧੀਆ ਲੱਗਦਾ, ਹੁਣ ਇੰਡੀਆ ਜਾ ਕੇ ਤਾਂ ਦਿਲ ਨਹੀਂ ਲੱਗਦਾ। ਅੱਛਾ, ਹਾਂਜੀ। ਅਤੇ ਅੱਛਾ, ਜਦੋਂ ਉਸ ਦੌਰ ਦੇ ਵਿੱਚੋਂ ਨਿਕਲ ਆਏ, ਬਹੁਤ ਸਾਰੇ ਨਾ ਅਜਿਹੇ ਕੁਝ ਯਾਰ ਦੋਸਤ ਹੁੰਦੇ ਆ, ਕੋਈ ਰਿਸ਼ਤੇਦਾਰ ਹੁੰਦੇ ਆ, ਕੋਈ ਮਿੱਤਰ ਹੁੰਦੇ ਆ, ਕੋਈ ਕੰਮ ਕਰਦੇ ਕੁਲੀਗ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੇ ਤੁਹਾਨੂੰ ਹੌਸਲਾ ਦਿੱਤਾ ਹੁੰਦਾ। ਕੁਛ ਲੋਕ ਅਜਿਹੇ ਸੀ ਉਸ ਦੌਰ ਦੇ ਵਿੱਚ ਜਿਹੜਾ ਉਹ ਸਖਤ ਮਿਹਨਤ ਵਾਲਾ ਦੌਰ ਸੀ, ਕਿ ਹਾਂ ਕੋਈ ਗੱਲ ਨਹੀਂ ਅਮਰਜੀਤ ਸਿੰਘ ਹੌਸਲਾ ਰੱਖ। ਜ਼ਿਆਦਾ ਤਾਂ ਭਾਅ ਜੀ ਮੇਰੇ ਡੈਡੀ ਨੇ ਹੀ ਮੈਨੂੰ ਇਨਕਰੇਜ ਕੀਤਾ ਵੀ ਤੂੰ ਸਟੱਡੀ ਕਰਕੇ ਕੋਈ ਇਸ ਤਰ੍ਹਾਂ ਦਾ ਆਪਣਾ ਬਿਜ਼ਨਸ ਕਰ, ਰਾਈਟ? ਅਤੇ ਫਿਰ ਉਹਨਾਂ ਨੇ ਜ਼ਿਆਦਾ ਮੈਨੂੰ ਉਤਸ਼ਾਹਿਤ ਕੀਤਾ ਨਾ। ਜੀ, ਹੁਣ ਆ ਜਾਂਦੇ ਹਾਂ, ਤੁਹਾਡਾ ਬਿਜ਼ਨਸ ਸ਼ੁਰੂ ਹੋ ਰਿਹਾ, ਉਦੋਂ ਜਦੋਂ ਬਿਜ਼ਨਸ ਸ਼ੁਰੂ ਕੀਤਾ ਉਦੋਂ ਕੁਆਰੇ ਸੀ ਜਾਂ ਵਿਆਹ ਗਏ ਸੀਗੇ? ਨਹੀਂ, ਵਿਆਹ ਹੋਏ ਸੀ। ਠੀਕ ਹੈ, ਪਹਿਲਾਂ ਫਿਰ ਉੱਥੇ ਚਲੋ, ਆਪਾਂ ਫਿਰ ਬਾਅਦ ਬਿਜ਼ਨਸ 'ਤੇ ਆਉਂਦੇ ਹਾਂ। ਪਹਿਲਾਂ ਉਹ ਆਪਣੇ ਜੀਵਨ ਸਾਥਣ ਬਾਰੇ, ਆਪਣੇ ਪਰਿਵਾਰ ਬਾਰੇ ਦੱਸੋ। ਹਾਂਜੀ, ਮੇਰੇ ਬੇਟਾ ਹੈ ਅਤੇ ਬੇਟੀ ਹੈ, ਅਤੇ ਮੇਰੇ ਵਾਈਫ ਵੀ ਨਾਲ ਹੀ ਹੁੰਦੇ ਆ, ਕੰਮ ਕਰਦੇ ਆ, ਸਾਰਾ ਅਕਾਊਂਟਿੰਗ ਦਾ ਉਹ ਦੇਖਦੇ ਆ। ਸੋ ਉਹ ਵੀ ਉਹਨਾਂ ਦੀ ਬਹੁਤ ਮਿਹਨਤ ਉਹ ਕਰਦੇ ਆ, ਅਤੇ ਉਹਨਾਂ ਦਾ ਬਹੁਤ ਯੋਗਦਾਨ ਆ ਜਿਹੜੇ ਅਸੀਂ ਇੰਨੇ ਸਕਸੈਸਫੁੱਲ ਹੋਏ ਹਾਂ। ਕਿਹੜੇ ਸਾਲ ਵਿਆਹ ਹੋਇਆ ਸੀ ਤੁਹਾਡਾ? ਸਾਡਾ 90 'ਚ ਹੋਇਆ ਸੀ, 1990 'ਚ। ਅੱਛਾ ਜੀ, ਹਾਂਜੀ, ਮਤਲਬ 95 ਤੁਸੀਂ ਟਰੈਵਲ 'ਚ ਆਉਂਦੇ ਹੋ, ਪਰ ਜ਼ਿੰਦਗੀ ਦਾ ਜਿਹੜਾ ਉਹ ਸਫ਼ਰ ਹੈ ਤੁਸੀਂ 1990 ਵਿੱਚ ਸ਼ੁਰੂ ਕਰ ਹਾਂਜੀ, ਚੁੱਕੇ ਸੀ, 5 ਸਾਲ ਤੁਸੀਂ ਇਕੱਠਿਆਂ ਨੇ ਸਫ਼ਰ ਕਰ ਲਿਆ। ਹਾਂਜੀ ਹਾਂਜੀ। ਫਿਰ ਜਦੋਂ ਇਹ ਫੈਸਲਾ ਲੈ ਲਿਆ ਕਿ ਹੁਣ ਆਪਣਾ ਕੰਮ ਸ਼ੁਰੂ ਕਰੀਏ, ਹਾਂਜੀ ਹਾਂਜੀ, ਉਦੋਂ ਫਿਰ ਸ਼ੁਰੂਆਤੀ ਦਿਨਾਂ ਬਾਰੇ ਦੱਸੋ ਕਿ ਕਿਸ ਤਰ੍ਹਾਂ ਲੋਕੇਸ਼ਨ ਫਾਈਨਲ ਕਰਨੀ ਹੈ, ਬਿਜ਼ਨਸ ਕਿੱਡਾ ਕੁ ਫੈਲਾਉਣਾ, ਆਪਾਂ ਕਿੱਥੋਂ ਸ਼ੁਰੂ ਕਰਨਾ, ਉਹ ਦੱਸੋ ਸਾਰਾ। ਭਾਅ ਜੀ ਉਹਦੇ 'ਚ ਇਹ ਆ ਨਾ, ਜਦੋਂ ਤੁਸੀਂ ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਆ, ਤੁਹਾਨੂੰ ਕਾਫੀ ਪ੍ਰੋਬਲਮਸ ਆਉਂਦੀਆਂ। ਇੱਕ ਤਾਂ ਜਦੋਂ ਤੁਸੀਂ ਨਵੇਂ ਹੁੰਦੇ ਹੋ, ਜਿੱਥੇ ਵੀ ਤੁਸੀਂ ਕੋਈ ਆਫਿਸ ਲੀਜ਼ 'ਤੇ ਲੈਣਾ ਜਾਂ ਕੋਈ ਕਿਤੇ ਵੀ ਆ, ਤੁਹਾਨੂੰ ਉਹ ਦੇਖਦੇ ਆ ਜੀ ਇਹ ਬੰਦਾ ਨਵਾਂ ਹੈਗਾ, ਇਹਨੇ ਪਤਾ ਨਹੀਂ ਰੈਂਟ ਦੇਣਾ ਨਹੀਂ ਦੇਣਾ, ਰਾਈਟ? ਅਤੇ ਫਿਰ ਬਾਅਦ 'ਚ ਫਿਰ ਜਦੋਂ ਤੁਸੀਂ ਖੋਲ੍ਹ ਲੈਂਦੇ ਆ ਬਿਜ਼ਨਸ, ਫਿਰ ਤੁਹਾਨੂੰ ਲਿੰਕ ਬਣਾਉਣੇ ਪੈਂਦੇ ਆ ਜਿੱਥੇ ਵੀ ਕਿਸੇ ਏਅਰਲਾਈਨਸ ਨਾਲ ਜਾਂ ਕੋਈ, ਉਹ ਤੁਹਾਨੂੰ ਥੋੜ੍ਹਾ ਟਾਈਮ ਲੱਗਦਾ ਹੈ ਨਾ ਹਰੇਕ ਜਦੋਂ ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕਰਦੇ ਆ, ਸਾਰੇ ਬਿਜ਼ਨਸ 'ਚ ਇਹ ਹੁੰਦਾ ਨਾ। ਜੀ ਹਾਂਜੀ। ਅਤੇ ਇਹਦੇ ਵਿੱਚ ਇਨਵੈਸਟਮੈਂਟ ਜਿਹੜੀ ਹੈ, ਕੋਈ ਬਹੁਤ ਮੋਟੀ ਇਨਵੈਸਟਮੈਂਟ ਉਦੋਂ ਚਾਹੀਦੀ ਸੀ ਜਾਂ ਸ਼ੁਰੂ ਦੇ ਵਿੱਚ? ਨਹੀਂ, ਇਨਵੈਸਟਮੈਂਟ ਜ਼ਿਆਦਾ ਨਹੀਂ ਸੀ, ਪਰ ਮਿਹਨਤ ਬਹੁਤ ਕਰਨੀ ਪੈਂਦੀ ਸੀ, ਕਿਉਂਕਿ ਨਾਲ ਤੁਸੀਂ ਕੰਮ ਕਰਨਾ, ਇੱਧਰ ਕਰਨਾ, ਨਾਲ ਫਿਰ ਪਾਰਟ ਟਾਈਮ ਜੋਬ ਵੀ ਕਰਨੀ, ਵੀ ਜਿਵੇਂ ਤੁਸੀਂ ਸਾਰਾ ਨਾ ਪਹਿਲਾਂ ਸ਼ੁਰੂ ਬੈਕਅਪ ਪਲਾਨ ਜਿਹੜਾ ਰੱਖਿਆ। ਹਾਂਜੀ 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 ਜੀ। ਪਰ ਉਸ ਤੋਂ ਬਾਅਦ ਫਿਰ ਤਾਂ ਬਸ ਚੱਲ ਸੋਚਾਂ ਪਿੱਛੇ ਪਾ ਕੇ ਨਹੀਂ ਦੇਖਿਆ ਫਿਰ। ਠੀਕ, ਹਾਂਜੀ। ਅਤੇ ਇਹ ਜਦੋਂ ਤੁਸੀਂ ਸ਼ੁਰੂ ਕੀਤਾ ਮਾਨ ਟਰੈਵਲ, ਤਾਂ ਸ਼ੁਰੂ ਵਿੱਚ ਜਿਹੜੀਆਂ ਸਮੱਸਿਆਵਾਂ ਆਈਆਂ, ਫਿਰ ਜਦੋਂ ਬਿਜ਼ਨਸ ਆਪਣਾ ਹੌਲੀ ਹੌਲੀ ਅੱਗੇ ਵਧਣਾ ਸ਼ੁਰੂ ਹੋਇਆ, ਫਿਰ ਉਹਦੇ ਨਾਲ ਨਵਾਂ ਕੁਝ ਸਿੱਖਣ ਨੂੰ ਵੀ ਮਿਲਿਆ ਕਿ ਮਾਰਕੀਟ ਚੱਲਦੀ ਕਿਸ ਤਰ੍ਹਾਂ? ਸਿੱਖਣ ਨੂੰ ਤਾਂ ਭਾਈ ਹਰ ਰੋਜ਼ ਨਵੀਂ ਚੀਜ਼ ਸਿੱਖੀ ਦੀ ਆ, ਜੀ। ਅਤੇ ਬਿਜ਼ਨਸ 'ਚ ਕਾਫੀ ਚੈਲੇਂਜਸ ਵੀ ਆਉਂਦੇ ਆ, ਜਿਵੇਂ ਤੁਸੀਂ ਜਿਵੇਂ ਹੁਣ ਇੰਟਰਨੈਟ ਦਾ ਕਾਫੀ ਯੁੱਗ ਆ, ਔਨਲਾਈਨ ਦਾ ਕਾਫੀ ਹੋ ਰਿਹਾ ਨਾ, ਪਹਿਲਾਂ ਨਾਲੋਂ ਕਾਫੀ ਚੇਂਜ ਹੋ ਗਿਆ, ਪਰ ਕੰਪੀਟੀਸ਼ਨ ਵੀ ਦਿਨੋਂ ਦਿਨ ਵਧੀ ਜਾਂਦਾ, ਆਪਣੀ ਕਮਿਊਨਿਟੀ ਵੀ ਵਧੀ ਜਾਂਦੀ, ਕੰਪੀਟੀਸ਼ਨ ਵੀ ਵਧੀ ਜਾਂਦਾ। ਪਰ ਟੱਚ ਵੁੱਡ ਸਾਡਾ ਜਿਵੇਂ ਬਿਜ਼ਨਸ ਸ਼ੁਰੂ ਤੋਂ ਜਦੋਂ ਤੋਂ ਕੀਤਾ, ਐਵਰੀ ਈਅਰ ਅਸੀਂ ਗਰੋ ਹੁੰਦੇ ਹਾਂ, ਅਤੇ ਲੋਕ ਸਾਡੇ ਨਾਲ ਕਾਫੀ ਟਾਈਮ ਤੋਂ ਲੰਬੇ ਤੋਂ ਜੁੜੇ ਆ, ਸਰਵਿਸ ਲਾਈਕ ਕਰਦੇ ਆ, ਉਹ ਬਾਰ ਬਾਰ ਸਾਡੇ ਕੋਲ ਆਉਂਦੇ ਆ ਨਾ, ਪਰ ਅਸੀਂ ਵਧੀਆ ਸਰਵਿਸ ਦੇਈਦੀ ਆ ਸਾਰਿਆਂ ਨੂੰ। ਜਿਹੜਾ ਤੁਸੀਂ ਆਖਿਆ ਕਿ ਕੰਪੀਟੀਸ਼ਨ ਦਾ ਯੁੱਗ ਹੁੰਦਾ, ਕੰਪੀਟੀਸ਼ਨ ਹੋਵੇ ਜਦੋਂ ਉਸ ਵਕਤ ਜਿਹੜੇ ਐਸਟੈਬਲਿਸ਼ਡ ਹੁੰਦੇ ਆ ਬਿਜ਼ਨਸ, ਉਹਨਾਂ ਨੂੰ ਟੱਕਰ ਦੇਣਾ ਵੱਡੀ ਚੁਣੌਤੀ ਹੁੰਦੀ ਹੈ, ਹਾਂਜੀ ਹਾਂਜੀ, ਕਿਉਂਕਿ ਉਹਨਾਂ ਕੋਲ ਇੰਨਾ ਕੁ ਸਰਮਾਇਆ ਹੁੰਦਾ ਕਿ ਉਹ ਬੜੇ ਵਧੀਆ ਵਧੀਆ ਸਕੀਮਾਂ ਵੀ ਦੇ ਦਿੰਦੇ ਆ, ਡਿਸਕਾਊਂਟ ਦੇ ਦਿੰਦੇ ਆ, ਨਵੇਂ ਜਿਹੜਾ ਹੁੰਦਾ ਬਿਜ਼ਨਸਮੈਨ ਉਹਦੇ ਵਾਸਤੇ ਉਹ ਸੰਭਵ ਨਹੀਂ ਹੁੰਦਾ। ਹਾਂਜੀ। ਫਿਰ ਉਸ ਦੌਰ ਦੇ ਵਿੱਚੋਂ ਕਿਵੇਂ ਨਿਕਲੇ ਤੁਸੀਂ? ਉਹਦੇ 'ਚ ਇਹ ਹੁੰਦਾ ਭਾਅ ਜੀ, ਇਹ ਸਰਵਿਸ ਇੰਡਸਟਰੀ ਆ, ਜਿੰਨੀ ਤੁਸੀਂ ਵਧੀਆ ਸਰਵਿਸ ਦਿੰਦੇ ਆ, ਉਹ ਉਹੀ ਕਰਕੇ ਤੁਹਾਨੂੰ ਤੁਹਾਡੇ ਕੋਲ ਕਲਾਇੰਟ ਆਉਂਦੇ ਆ, ਨਹੀਂ ਤਾਂ ਅਗਲਾ ਇਹ ਕਹਿੰਦੇ ਆ ਵੀ ਤੁਸੀਂ ਤੁਹਾਡੇ ਕੋਲ ਕਾਹਤੋਂ ਆਈਏ ਨਾ, ਹੋਰ ਕੰਮ ਮਤਲਬ ਆਪਸ਼ਨ ਹੁੰਦੀਆਂ ਉਹਨਾਂ ਕੋਲ। ਬਟ ਹਜੇ ਵੀ ਜਿਵੇਂ ਮੈਂ 6 ਦਿਨ ਕੰਮ 'ਤੇ ਹੁੰਦਾ, ਪਰ ਜਿਵੇਂ ਲੋਕਾਂ ਨਾਲ ਅਟਰੈਕਟ ਕਰੀਦਾ, ਇਹ ਨਹੀਂ ਵੀ ਆਪਾਂ ਮੂਹਰੇ ਨਹੀਂ ਆਉਂਦੇ ਜਾਂ ਕਿਵੇਂ ਨਾ, ਤਾਂ ਜੇ ਕਿਸੇ ਨੂੰ ਈਵਨ ਆਫਟਰ ਆਵਰਸ ਵੀ ਕਿਸੇ ਦੀ ਹੈਲਪ, ਕਿਸੇ ਨੂੰ ਲੋੜ ਹੁੰਦੀ ਆ, ਮੈਂ ਹੈਲਪ ਕਰਦਾ, ਰਾਈਟ? ਈਵਨ ਵੀਕਐਂਡ 'ਤੇ ਵੀ ਐਨੀ ਟਾਈਮ ਜਿਨ੍ਹਾਂ ਕੋਲ ਮੇਰਾ ਨੰਬਰ ਹੈਗਾ ਉਹ ਕਾਲ ਕਰ ਲੈਂਦੇ ਆ, ਆਪਾਂ ਇੱਦਾਂ ਨਹੀਂ ਸੋਚਿਆ ਵੀ ਕਿਤੇ ਆਫਿਸ ਬੰਦ ਆ ਜਾਂ ਖੁੱਲ੍ਹਾ, ਰਾਈਟ? ਅਤੇ ਆਪਾਂ ਹੈਲਪ ਕਰੀਦੀ ਵੱਧ ਤੋਂ ਵੱਧ।
ਮੈਨੂੰ ਇੱਕ ਗੱਲ ਮੈਂ ਵਿਸਾਰ ਗਿਆ, ਮੈਂ ਹੁਣ ਪੁੱਛ ਲੈਣਾ, ਫਾਦਰ ਸਾਹਿਬ ਦਾ ਕੀ ਕੰਮ ਕਾਰ ਸੀ ਜਦੋਂ ਤੁਸੀਂ ਇੱਥੇ ਪਹੁੰਚੇ ਸੀ? ਉਹ ਤਾਂ ਉਹਨਾਂ ਨੇ ਤਾਂ ਪਹਿਲਾਂ ਫੈਕਟਰੀ 'ਚ ਹੀ ਕੰਮ ਕੀਤਾ ਸੀਗਾ। ਅੱਛਾ ਜੀ, ਹਾਂਜੀ, ਉਹਨਾਂ ਨੇ ਬਿਜ਼ਨਸ ਨਹੀਂ ਕੋਈ ਕੀਤਾ ਸੀ ਨਾ, ਪਹਿਲਾਂ ਇੱਥੇ ਫੈਕਟਰੀ 'ਚ ਹੀ ਕੰਮ ਕੀਤਾ ਵੀ ਸੀਗਾ। ਆਪ ਭਾਵੇਂ ਫੈਕਟਰੀ 'ਚ ਕੰਮ ਕਰਦੇ ਸੀ ਤੇ ਤੁਹਾਨੂੰ ਕਿਹਾ ਹਾਂਜੀ ਕਿ ਪੜ੍ਹ ਤੇ ਕਿ ਬਿਜ਼ਨਸ ਵਿੱਚ ਜਾ, ਹਾਂਜੀ ਹੈ ਨਾ? ਹਾਂਜੀ ਹਾਂਜੀ ਬਿਲਕੁਲ ਜੀ, ਭਾਵੇਂ ਆਪ ਕੋਈ ਵੀ ਕੰਮ ਕਰਦੇ ਨਾ, ਮਾਪਿਆਂ ਨੂੰ ਜਿਸ ਤਰ੍ਹਾਂ ਹੁੰਦਾ ਕਿ ਸਾਡੇ ਬੱਚੇ ਅੱਗੇ ਵਧਣ, ਇਸੇ ਤਰ੍ਹਾਂ ਅਮਰਜੀਤ ਉਹਨਾਂ ਦੇ ਫਾਦਰ ਸਾਹਿਬ ਨੇ, ਉਹਨਾਂ ਦੇ ਪਿਤਾ ਜੀ ਨੇ ਜਿਹੜਾ ਸੁਪਨਾ ਵੇਖਿਆ ਕਿ ਮੇਰਾ ਬੇਟਾ ਜਿਹੜਾ ਅੱਗੇ ਵਧੇ, ਤੇ ਉਹਨਾਂ ਨੇ ਉਸ ਉੱਪਰ ਚੱਲਦਿਆਂ ਅੱਜ ਵਾਲਾ ਜਿਹੜਾ ਆਪਣਾ ਬਿਜ਼ਨਸ ਖੜਾ ਕੀਤਾ। ਬਿਜ਼ਨਸ ਖੜਾ ਕਰਨ ਤੋਂ ਬਾਅਦ ਹੁਣ ਉਹਨਾਂ ਕੋਲ ਪਲਾਨ ਕੀ ਕੀ ਨੇ, ਕਿੱਥੇ ਕਿੱਥੇ ਉਹਨਾਂ ਦਾ ਬਿਜ਼ਨਸ ਚੱਲਦਾ, ਕਿਸ ਤਰ੍ਹਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਇਹ ਸਾਰੀਆਂ ਗੱਲਾਂ ਕਰਾਂਗੇ ਪਰ ਬ੍ਰੇਕ ਦੇ ਪਰਲੇ ਪਾਸੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ। ਮੇਰੇ ਨਾਲ ਅੱਜ ਮੇਰੇ ਮਹਿਮਾਨ ਨੇ ਮਾਨ ਟਰੈਵਲਸ ਤੋਂ, ਅਮਰਜੀਤ ਮਾਨ ਜੀ। ਹੁਣ ਮਾਨ ਟਰੈਵਲ ਸ਼ੁਰੂ ਕੀਤਾ ਤੇ ਅੱਜ ਦੇ ਦੌਰ ਤੱਕ ਪਹੁੰਚਦੇ ਆ, ਹਾਂਜੀ, ਜਦੋਂ ਬਿਜ਼ਨਸ ਸ਼ੁਰੂ ਕਰ ਲਿਆ, ਹਾਂਜੀ, ਤੁਸੀਂ ਆਖਿਆ ਸ਼ੁਰੂ ਵਾਲੀਆਂ ਅੜਚਨਾਂ ਵੀ ਆਈਆਂ, ਹਾਂਜੀ, ਹੁਣ ਜੇ ਮਾਨ ਟਰੈਵਲ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣਾ ਸੰਪਰਕ ਨੰਬਰ ਦਿਓ ਜੇ ਕਿਸੇ ਨੇ ਤੁਹਾਡੇ ਕੋਲੋਂ ਕੋਈ ਜਾਣਕਾਰੀ ਲੈਣੀ ਹੈ, ਆਪਣੀਆਂ ਲੋਕੇਸ਼ਨ ਦੱਸੋ ਤੇ ਉਸ ਤੋਂ ਬਾਅਦ ਅਸੀਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਹਾਂਜੀ, ਸਾਡਾ ਜਿਹੜਾ ਮੇਨ ਫੋਨ ਨੰਬਰ ਹੈਗਾ ਜੀ 905-5951700-905-5975-1700, ਅਤੇ ਸਾਡੀਆਂ ਟੋਟਲ 6 ਲੋਕੇਸ਼ਨਸ ਹੈਗੀਆਂ, 5 ਕੈਨੇਡਾ 'ਚ, 1 ਇੰਡੀਆ ਹੈਗੀ ਜਗਰਾਓਂ, ਅਤੇ ਸਾਡੀਆਂ 3 ਬ੍ਰੈਂਪਟਨ 'ਚ ਹੈ, 1 ਮਾਰਕਮ ਹੈ, 1 ਸਟੋਨੀ ਕ੍ਰੀਕ ਹੈਗੀਆਂ ਜੀ। ਅਤੇ ਹਾਂਜੀ, ਵੈਬਸਾਈਟ ਵੀ ਆਪਣੀ ਦੱਸ ਦਿਓ। ਹਾਂਜੀ, mantravel.com, www.mantravel.com, ਐਂਡ ਬਹੁਤ ਜਲਦੀ ਅਸੀਂ ਵੈਨਕੂਵਰ ਵੀ ਆਫਿਸ ਖੋਲ ਰਹੇ ਹਾਂ। ਸਲੋ ਜੀ, ਹਾਂਜੀ, ਛੋਟੇ ਜਿਹੇ ਬਿਜ਼ਨਸ ਤੋਂ ਸ਼ੁਰੂ ਕਰਕੇ ਹੁਣ ਕੈਨੇਡਾ ਦੇ ਵਿੱਚ ਜਿਹੜੀਆਂ ਨੇ ਉਹਨਾਂ 5 ਲੋਕੇਸ਼ਨ ਨੇ, ਅਗਲੀ ਜਿਹੜੀ ਉਹ ਵੈਨਕੂਵਰ ਖੁੱਲ੍ਹਣ ਜਾ ਰਹੀ ਹੈ, ਜਗਰਾਓਂ ਦੇ ਵਿੱਚ ਉਹਨਾਂ ਨੇ ਦੱਸ ਹੀ ਦਿੱਤੀ ਹੈ। ਹੁਣ ਜਦੋਂ ਤੁਸੀਂ ਪਹਿਲੀ ਲੋਕੇਸ਼ਨ ਆਪਣੀ ਕਿੱਥੇ ਖੋਲ੍ਹੀ ਸੀਗੀ? ਅਸੀਂ ਭਾਜੀ ਖੋਲ੍ਹੀ ਸੀ ਰੈਕਸਡੇਲ ਇਜ਼ਲਿੰਗਟਨ ਐਂਡ 401 ਕੋਲ। ਅੱਛਾ ਜੀ, ਹਾਂਜੀ, ਉੱਥੇ ਖੋਲ੍ਹੀ ਸੀ। ਫਿਰ ਸੈਕਿੰਡ ਲੋਕੇਸ਼ਨ ਅਸੀਂ ਕਰੋਲ ਬਾਗ 'ਚ, ਸਪਰਿੰਗ ਡੇਲ 'ਚ ਖੋਲ੍ਹੀ ਸੀ। ਅੱਛਾ ਜੀ, ਹਾਂਜੀ, ਫਿਰ ਅਗਲੀਆਂ ਲੋਕੇਸ਼ਨ, ਹਾਂਜੀ, ਰੇਲ ਆਸਨ 'ਤੇ ਫਿਰ ਖੋਲ੍ਹੀ, ਫਿਰ ਮਾਰਕਮ, ਫਿਰ ਸਟੋਨੀ ਕ੍ਰੀਕ, ਅਤੇ ਜਿਵੇਂ ਸਾਡਾ ਜਗਰਾਓਂ ਆਫਿਸ ਹੈ ਉੱਥੇ ਸਾਡਾ ਕਾਲ ਸੈਂਟਰ ਵੀ ਹੈਗਾ 24 ਆਵਰ। ਅੱਛਾ ਜੀ, ਹਾਂਜੀ, ਕਾਲ ਸੈਂਟਰ ਵੀ ਬਣਾਇਆ ਹੋਇਆ। ਹਾਂਜੀ, ਅਤੇ ਹੁਣ ਇਹ ਸਾਰੀਆਂ ਲੋਕੇਸ਼ਨ ਨੂੰ ਵੇਖਣ ਵਾਸਤੇ ਤੁਸੀਂ ਇਕੱਲੇ ਜਾਂ ਸੌਰੀ ਤੁਹਾਡੇ ਨਾਲ ਜੀਵਨ ਸਾਥਣ ਦੋਨੋਂ ਦੇਖਦੇ ਹੋ ਜਾਂ ਬੱਚੇ ਵੀ ਅੱਗੋਂ ਇਸ ਬਿਜ਼ਨਸ ਵਿੱਚ ਆ ਰਹੇ ਜਾਂ ਬੱਚੇ ਪੜ੍ਹਦੇ ਅਜੇ? ਬੱਚੇ ਭਾਜੀ ਸਾਡੇ ਸਟੱਡੀ ਕੰਪਲੀਟ ਕਰ ਗਏ ਆ, ਦੇ ਦੋਨੋਂ ਡਾਕਟਰ ਬਣ ਗਏ ਆ। ਵੈਸੇ ਬੇਟੀ ਵੀ ਡਾਕਟਰ ਆ, ਬੇਟਾ ਵੀ ਡਾਕਟਰ ਆ। ਅੱਛਾ ਜੀ, ਉਹ ਇਸ ਲਾਈਨ 'ਚ ਨਹੀਂ ਆਏ। ਆਏ ਨਹੀਂ ਜਾਂ ਤੁਸੀਂ ਲਿਆਉਂਦੇ ਨਹੀਂ ਆਪਣੀ ਮਰਜ਼ੀ ਨਾਲ? ਵੈਸੇ ਕੋਸ਼ਿਸ਼ ਵੀ ਨਹੀਂ ਕੀਤੀ, ਉਹ ਆਏ ਵੀ ਨਹੀਂ। ਵੈਸੇ ਉਹ ਆਪਣੀ ਉਹਨਾਂ ਦਾ ਸੀਗਾ ਵੀ ਅਸੀਂ ਉਸ ਮੈਡੀਕਲ ਫੀਲਡ 'ਚ ਜਾਣਾ ਰਹੇ। ਨਹੀਂ, ਜ਼ਿਆਦਾਤਰ ਤਾਂ ਹੁੰਦਾ ਨਾ ਜਵਾਕ ਇਹ ਦੇਖਦੇ ਆ ਕਿ ਜਿਹੜਾ ਬਾਪੂ ਦਾ ਚੰਗਾ ਭਲਾ ਸਥਾਪਿਤ ਬਿਜ਼ਨਸ ਹੈ, ਚੁੱਪ ਕਰਕੇ ਆਰਾਮ ਨਾਲ ਉਹ ਸਾਂਭਾਂਗੇ, ਕੀ ਲੋੜ ਹੈ ਹੋਰ ਪੰਗੇ ਲੈ। ਵੈਸੇ ਭਾਜੀ ਇੱਥੋਂ ਦੇ ਬੱਚੇ ਨਾ ਜਿਹੜੇ ਜ਼ਿਆਦਾ ਪ੍ਰੋਬਲਮ ਕੀ ਆ ਕਿ ਉਹ ਟੈਨਸ਼ਨ ਨਹੀਂ ਲੈ ਕੇ ਰਾਜੀ, ਜਿੰਨੀ ਆਪਾਂ ਹੈਡੇਕ ਲੈਂਦੇ ਹਾਂ ਨਾ। ਅੱਛਾ ਜੀ, ਉਹ ਥੋੜ੍ਹਾ ਜਿਹਾ ਉਹਨਾਂ ਨੂੰ ਹੁੰਦਾ ਈਜ਼ੀ ਲਾਈਫ ਵੀ, ਜੋਬ ਕੀਤੀ ਚਲੋ, ਅਤੇ ਇਸ ਕਰਕੇ ਉਹ ਉਹਨਾਂ ਦਾ ਫੀਲਡ ਉਹਨਾਂ ਨੇ ਆਪਣਾ ਚੂਜ਼ ਕੀਤਾ। ਤੋਂ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਮੁਕਾਬਲੇ ਦਾ ਯੁੱਗ ਹੈ, ਨਿੱਤ ਅਸੀਂ ਨਵੇਂ ਨਵੇਂ ਆਫਰਸ ਦੇਖਦੇ ਹਾਂ ਵੱਖ ਵੱਖ ਕੰਪਨੀਆਂ ਵੱਲੋਂ। ਮਾਨ ਟਰੈਵਲਸ ਫਿਰ ਜਦੋਂ ਇਸ ਮੁਕਾਬਲੇ ਦੇ ਯੁੱਗ ਵਿੱਚ ਅੱਜ ਦੇ ਦੌਰ 'ਚ ਖੜਦਾ, ਫਿਰ ਕਿਸ ਕਿਸ ਤਰ੍ਹਾਂ ਦੇ ਤੁਸੀਂ ਜਿਵੇਂ ਡਿਸਕਾਊਂਟ ਦੇਣਾ ਹੋਵੇ, ਮੰਨ ਲਓ ਪ੍ਰਾਈਮ ਏਸ਼ੀਆ ਟੀਵੀ ਵੇਖ ਕੇ ਹੁਣੇ ਕਹਿਣ ਕਿ ਅਮਰਜੀਤ ਮਾਨ ਉਹਨਾਂ ਨੂੰ ਫੋਨ ਕਰ ਲਈਏ ਕਿ ਸਾਨੂੰ ਕੋਈ ਡਿਸਕਾਊਂਟ ਵਗੈਰਾ ਮਿਲ ਜੇ, ਉਹ ਕਿਸ ਤਰ੍ਹਾਂ ਕਰਦੇ ਹੋ ਜੀ? ਡਿਸਕਾਊਂਟ ਤਾਂ ਭਾਜੀ ਜਿਵੇਂ ਹੁੰਦਾ 10-15% ਪੈਸਾ ਤੁਹਾਡੇ ਕਲਾਇੰਟ ਹੁੰਦੇ ਆ ਜਿਹੜੇ ਡਿਸਕਾਊਂਟ ਦੀ ਗੱਲ ਕਰਦੇ, ਬਾਕੀ ਜ਼ਿਆਦਾ ਲੋਕ ਸਰਵਿਸ ਦਾ ਜ਼ਿਆਦਾ ਹੁੰਦਾ ਵੀ ਤੁਸੀਂ ਜੇ ਹੁਣ $10 ਕਿਸੇ ਨੂੰ ਘੱਟ ਕਰ ਦੋਗੇ, 5 ਕਰ ਦੋਗੇ, ਉਹ ਜ਼ਿਆਦਾ ਲੋਕ ਕੇਅਰ ਨਹੀਂ ਕਰਦੇ। ਉਹਨਾਂ ਨੂੰ ਹੁੰਦਾ ਸਰਵਿਸ ਮਿਲੇ, ਜਦੋਂ ਕਿਸੇ ਨੇ ਕੋਈ ਡੇਟ ਚੇਂਜ ਕਰਨੀ ਆ, ਕੋਈ ਕਈ ਹੁੰਦਾ ਹੁਣ ਜੇ ਔਨਲਾਈਨ ਕੰਪਨੀਜ਼ ਹੈਗੀਆਂ, ਆਪਾਂ ਨਾਂ ਨਹੀਂ ਲੈਂਦੇ, ਬਟ ਜੇ ਤੁਹਾਨੂੰ $10 ਡਿਸਕਾਊਂਟ ਵੀ ਦੇ ਦਿੰਦੇ ਆ, ਪਰ ਲੇਟਰ ਔਨ ਜੇ ਤੁਹਾਨੂੰ ਡੇਟ ਚੇਂਜ ਕਰਾਉਣੀ ਪੈ ਜੇ ਜਾਂ ਕੈਂਸਲ ਕਰਨੀ ਪਈ, ਉਹਦੇ 'ਚ ਦੈਟਸ ਵੇਅਰ ਦੇ ਮੇਕ ਮਨੀ, ਰਾਈਟ? ਜੀ, ਸੋ ਜ਼ਿਆਦਾ ਕਿਉਂਕਿ ਹੁਣ ਆਪਣੀ ਕਮਿਊਨਿਟੀ ਕਾਫੀ ਪੁਰਾਣੀ ਹੋ ਗਈ, ਉਹ $5-10 ਵਾਲਾ ਕੋਈ ਜ਼ਿਆਦਾ ਪਰਵਾਹ ਨਹੀਂ ਕਰਦੇ ਹੈਗੇ। ਹੁਣ
ਲੋਕ ਆਪਣੀ ਸਰਵਿਸ ਚਾਹੁੰਦੇ ਆ ਸਰ। ਤੇ ਜੇ ਕਿਸੇ ਨੇ ਵੀ ਟਿਕਟ ਬੁੱਕ ਕਰਾਉਣੀ, ਕਿਉਂਕਿ ਹੁਣ ਭਾਰਤ ਵੱਲੋਂ ਤੇ ਜਹਾਜ਼ ਭਰ-ਭਰ ਆਈ ਜਾਂਦੇ ਆ ਤੁਹਾਡਾ ਹਾਂਜੀ ਪ੍ਰੋਗਰਾਮ ਵੇਖ ਕੇ, ਵੀ ਉਸ ਤੋਂ ਬਾਅਦ ਕਈਆਂ ਨੇ ਇਹ ਸੋਚਣਾ ਕਿ ਟਿਕਟ ਸਿੱਧਾ ਮਾਨ ਹੁਣਾਂ ਤੋਂ ਕਰਵਾ ਲਈਏ। ਫਿਰ ਤੁਸੀਂ ਕੀ ਸੁਝਾਅ ਦਿੰਦੇ ਹੋ, ਟਿਕਟ ਕਦੋਂ ਕੋਈ ਬੁੱਕ ਕਰਾ ਲੈਣੀ ਚਾਹੀਦੀ ਹੈ, ਕਿੰਨਾ ਕੁ ਐਡਵਾਂਸ ਕਰਾ ਲੈਣੀ ਚਾਹੀਦੀ ਹੈ, ਜੇ ਮੌਕੇ 'ਤੇ ਵੀ ਕਰਵਾਉਣੀ ਪੈ ਜਾਵੇ ਤਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ? ਟਿਕਟ ਐਡਵਾਂਸ ਕਰਾਉਣ ਨਾਲ ਥੋੜ੍ਹੀ ਜਿਹੀ ਪ੍ਰਾਈਸ ਬੈਟਰ ਮਿਲ ਜਾਂਦੀ ਆ, ਜੀ ਪਰ ਕਰਾਉਣੀ ਤਾਂ ਚਾਹੀਦੀ ਆ ਜੇ ਤੁਹਾਡਾ ਮਤਲਬ ਜਿਹੜਾ ਥੋੜ੍ਹਾ ਟਾਈਮ ਆ, ਜਿਹੜੇ ਡੇਟ ਨੂੰ ਜਾਣਾ ਉਹ ਫਾਈਨਲ ਹੈ। ਜੀ ਆਪਣੇ ਜ਼ਿਆਦਾ ਕੀ ਪ੍ਰੋਬਲਮ ਆਉਂਦੀ ਹੈ ਕਿ ਬੁਕਿੰਗ ਕਰਾ ਕੇ ਬਾਅਦ 'ਚ ਜ਼ਿਆਦਾ ਦੇਰ ਪਹਿਲਾਂ ਬੁਕਿੰਗ ਕਰਾ ਕੇ ਫਿਰ ਉਹ ਡੇਟ ਚੇਂਜ ਕਰਦੇ ਆ, ਫਿਰ ਉਹ ਜ਼ਿਆਦਾ ਮਹਿੰਗੀ ਪੈ ਜਾਂਦੀ ਹੈ ਕਿਉਂਕਿ ਡੇਟ ਚੇਂਜ ਕਰਨ ਦੇ ਪੈਸੇ ਪੈ ਜਾਂਦੇ ਆ। ਜੇ ਤੁਹਾਡਾ ਫਾਈਨਲ ਹੈ ਤਾਂ ਜਿਵੇਂ ਐਡਵਾਂਸ 'ਚ ਕਰਨ 'ਚ ਕਾਫੀ ਵਧੀਆ ਡੀਲ ਮਿਲ ਜਾਂਦੀ ਆ। ਸਟੂਡੈਂਟਸ ਬਹੁਤ ਆ ਰਹੇ ਆ ਅਤੇ ਹਾਂਜੀ ਸੋਚ ਕੇ ਤਾਂ ਸਾਰੇ ਇਹੋ ਆ ਰਹੇ ਆ ਕਿ ਵਾਪਸ ਨਹੀਂ ਜਾਣਾ, ਇੱਥੇ ਹੀ ਪੱਕੇ ਹੋਣਾ। ਹਾਂਜੀ ਉਹਨਾਂ ਵਾਸਤੇ ਤੁਸੀਂ ਕੁਛ ਆਪਣੇ ਜ਼ਿੰਦਗੀ ਦੇ ਤਜਰਬੇ ਵਿੱਚੋਂ ਸਾਂਝਾ ਕਰਨਾ ਚਾਹੋ ਕਿ ਜੇ ਇੱਥੇ ਟਿਕਣਾ, ਇੱਥੇ ਰੁਕਣਾ, ਇੱਥੋਂ ਦੇ ਨਾਗਰਿਕ ਬਣਨਾ, ਅਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜੇ ਜ਼ਿੰਦਗੀ 'ਚ ਕਾਮਯਾਬ ਵੀ ਹੋਣਾ? ਇੱਕ ਤਾਂ ਭਾਅ ਜੀ ਜਿਹੜਾ ਕਾਮਯਾਬ ਹੋਣਾ, ਤੁਸੀਂ ਮਿਹਨਤ ਕਰੋ ਸਖਤ, ਅਤੇ ਇੱਥੇ ਆਪਾਂ ਲੱਕੀ ਹਾਂ ਵੀ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ, ਤੁਹਾਨੂੰ ਜੇ ਸਿੱਧਾ ਕੰਮ ਵੀ ਕਰਦੇ ਹਾਂ ਤੁਹਾਡੇ ਤੋਂ ਇੰਨਾ ਕੰਮ ਆ ਕਿ ਤੁਹਾਡੇ ਤੋਂ ਮੁੱਕਦਾ ਨਹੀਂ ਹੈ, ਮਤਲਬ ਤੁਸੀਂ ਜਿੰਨਾ ਮਰਜ਼ੀ ਭਾਵੇਂ 24 ਆਵਰ ਕਰੀ ਜਾਓ, ਅਤੇ ਬਾਕੀ ਰੂਲ ਜਿਹੜੇ ਹੈਗੇ ਉਹ ਫੋਲੋ ਕਰੋ। ਜਿਸ ਕੰਟਰੀ 'ਚ ਰਹਿੰਦੇ ਹੋ ਉਸ ਤਰ੍ਹਾਂ ਦੇ ਤੁਸੀਂ ਬਾਹਰ ਨਿਕਲਣਾ, ਥੋੜ੍ਹਾ ਤਿਆਰ ਤੁਰ ਹੋ ਕੇ ਨਿਕਲੋ, ਮਿਹਨਤ ਕਰੋ, ਅਤੇ ਬਾਕੀ ਕਾਨੂੰਨ ਨੂੰ ਫੋਲੋ ਕਰੋ ਜਿਸ ਦੇਸ਼ ਜਿਸ ਕੰਟਰੀ। ਹਾਂਜੀ ਸਭ ਤੋਂ ਵੱਡੀ ਗੱਲ ਤਾਂ ਕਾਨੂੰਨ ਨੂੰ ਫੋਲੋ ਕਰੋ ਜਿਸ ਕੰਟਰੀ 'ਚ ਤੁਸੀਂ ਰਹਿੰਦੇ ਹੋ। ਰਾਈਟ, ਕਮਿਊਨਿਟੀ ਦੀ ਤੁਸੀਂ ਗੱਲ ਕੀਤੀ, ਉਹ ਸ਼ਬਦ ਤੋਂ ਮੈਨੂੰ ਕਮਿਊਨਿਟੀ ਦਾ ਕਿੰਨਾ ਸਾਥ ਰਿਹਾ ਜਦੋਂ ਕੰਮ ਕਾਰ ਸ਼ੁਰੂ ਕੀਤਾ ਸੀ ਅਤੇ ਅੱਜ ਜਿਸ ਮੁਕਾਮ 'ਤੇ ਹੋ ਕਿ 1 ਤੋਂ 6 ਲੋਕੇਸ਼ਨ 'ਤੇ ਉਸ ਤੋਂ ਵੀ ਅੱਗੇ ਵੱਧ ਰਹੇ ਹੋ, ਕਮਿਊਨਿਟੀ ਦਾ ਸਾਥ ਕਿੰਨਾ ਮਿਲਿਆ ਜਾਂ ਬਾਕੀ ਭਾਈਚਾਰਿਆਂ ਨੇ ਵੀ ਉਨਾ ਹੀ ਸਾਥ ਦਿੱਤਾ, ਉਹ ਕਿਵੇਂ ਰਿਹਾ ਸਫ਼ਰ? ਭਾਅ ਜੀ ਜ਼ਿਆਦਾ ਹੁਣ ਆਪਾਂ ਐਵੇਂ ਕਹਿਣ ਨੂੰ ਕੁਛ ਕਹੀਏ, ਪਰ ਆਪਣੀ ਕਮਿਊਨਿਟੀ ਕਰਕੇ ਜੋ ਅਸੀਂ ਹੈਗੇ ਹਾਂ ਅੱਜ ਉਹ ਹੈਗੇ ਹਾਂ। ਸੋ ਆਲਮੋਸਟ ਸਾਡਾ 95% ਜਿਹੜਾ ਬਿਜ਼ਨਸ ਆ ਉਹ ਆਪਣੀ ਕਮਿਊਨਿਟੀ ਨਾਲ ਹੀ ਹੈਗਾ। ਅੱਛਾ ਜੀ। ਅਤੇ ਹਾਂਜੀ, ਅਤੇ ਆਪਣੀ ਕਮਿਊਨਿਟੀ ਨੇ ਬਹੁਤ ਸਾਥ ਦਿੱਤਾ, ਹਜੇ ਵੀ ਬਹੁਤ ਸਾਥ ਦੇ ਰਹੇ ਆ। ਸੋ ਬਹੁਤ ਬਹੁਤ ਧੰਨਵਾਦ ਆਪਣੀ ਕਮਿਊਨਿਟੀ। ਬਿਲਕੁਲ, ਜੇ ਭਾਈਚਾਰਾ ਨਾਲ ਹੋਵੇ ਤੁਹਾਡੇ ਤਾਂ ਤੁਸੀਂ ਕੋਈ ਵੀ ਮੰਜ਼ਿਲ ਸਰ ਕਰ ਸਕਦੇ ਹੋ। ਹੁਣ ਤੁਹਾਡੇ ਹੈ ਟਰੈਵਲ ਏਜੰਸੀ, ਟਿਕਟਾਂ ਲੋਕਾਂ ਨੂੰ ਜਾ ਜਾ ਫੜਾਉਂਦੇ ਹੋ, ਆਪ ਨੂੰ ਕਿੰਨਾ ਕੁ ਸ਼ੌਂਕ ਹੈ ਤੁਹਾਨੂੰ ਘੁੰਮਣ ਫਿਰਨ ਦਾ, ਕਿੱਥੇ ਕਿੱਥੇ ਜਾਂਦੇ, ਜ਼ਿਆਦਾ ਜਾਣਾ ਕਿੱਥੇ ਪਸੰਦ ਕਰਦੇ ਹੋ? ਜ਼ਿਆਦਾ ਭਾਅ ਜੀ ਜਦੋਂ ਵੀ ਟਾਈਮ ਮਿਲਦਾ ਫੈਮਿਲੀ ਨਾਲ ਬੱਚਿਆਂ ਨਾਲ ਜਾਈਦਾ ਘੁੰਮਣ ਜੀ, ਪਰ ਸ਼ੌਂਕ ਹੈਗਾ, ਪਰ ਕਈ ਵਾਰੀ ਤੁਹਾਨੂੰ ਪਤਾ ਹੀ ਆ ਬਿਜ਼ਨਸ 'ਚ ਟਾਈਮ ਨਿਕਲਦਾ ਨਹੀਂ, ਪਰ ਟਰਾਈ ਕਰੀਦੀ ਜਿੰਨਾ ਵੀ ਵੱਧ ਤੋਂ ਵੱਧ ਘੁੰਮਿਆ ਜਾਵੇਗਾ ਜਾਈਦਾ। ਹਾਂਜੀ, ਡਿਫਰੈਂਟ ਕੰਟਰੀਜ਼ 'ਚ ਸਾਰੇ। ਮੈਂ ਉਹ ਤਾਂ ਪੁੱਛਿਆ ਵੀ ਟੂਰ ਪੈਕੇਜ ਜਿਹੜੇ ਹੁੰਦੇ ਆ, ਹਾਂਜੀ ਉਹ ਕਿਸ ਤਰ੍ਹਾਂ ਦੇ ਤੁਹਾਡੇ ਕੋਲ ਅੱਜ ਕੱਲ੍ਹ ਆ ਰਹੇ ਆ ਜਾਂ ਟੂਰ ਪੈਕੇਜ? ਭਾਅ ਜੀ ਸਾਰੇ ਆਪਣੇ ਕੋਲ ਹੁੰਦੇ, ਜਿਵੇਂ ਕਿਸੇ ਨੇ ਮੈਕਸੀਕੋ, ਕਿਊਬਾ, ਯੂਰਪ ਜਾਣਾ, ਕਿਸੇ ਨੇ ਇੱਧਰ ਆਸਟ੍ਰੇਲੀਆ, ਨਿਊਜ਼ੀਲੈਂਡ, ਜਿਵੇਂ ਫੈਮਿਲੀ ਨਾਲ ਆਪਣੇ ਹੁਣ ਕਾਫੀ ਲੋਕ ਇੰਡੀਆ ਤੋਂ ਬਿਨਾਂ ਇੱਧਰ ਕਿਊਬਾ ਵਗੈਰਾ, ਮੈਕਸੀਕੋ, ਜਮੇਕਾ ਜਾਂ ਸਮਰ ਟਾਈਮ ਯੂਰਪ ਦੇ ਟੂਰ ਕਾਫੀ ਲੈਂਦੇ ਆ ਲੋਕ, ਜਾਂ ਇੰਡੀਆ ਜਾ ਕੇ ਵੀ ਟੂਰ ਲੋਕ ਕਰਦੇ ਇੰਡੀਆ ਦੇ ਵਿੱਚ। ਡੈਸਟੀਨੇਸ਼ਨ ਵੈਡਿੰਗ ਦਾ ਉਹ ਵੀ ਇੱਕ ਟ੍ਰੈਂਡ ਜਿਹਾ ਚੱਲ ਪਿਆ, ਹਾਂਜੀ ਹਾਂਜੀ ਤੁਸੀਂ ਵੀ ਡੀਲ ਕਰਦੇ ਹੋ? ਹਾਂਜੀ ਹਾਂਜੀ ਹਾਂਜੀ। ਕਿੱਥੇ ਕਿੱਥੇ ਦੇ ਤੁਸੀਂ ਜ਼ਿਆਦਾ? ਜ਼ਿਆਦਾ ਭਾਜੀ ਮੈਕਸੀਕੋ ਅਤੇ ਜਮੇਕਾ ਜ਼ਿਆਦਾ ਲੋਕ ਜਾਂਦੇ ਹੈਗੇ ਡੈਸਟੀਨੇਸ਼ਨ ਵੈਡਿੰਗ ਲਈ। ਹਾਂਜੀ, ਮੰਨ ਲਓ 100 ਕੁ ਬੰਦੇ ਦੀ ਗੈਦਰਿੰਗ ਕਰਨੀ ਹੋਵੇ, ਹਾਂਜੀ, ਅਤੇ ਡੈਸਟੀਨੇਸ਼ਨ ਵੈਡਿੰਗ ਕਰਨੀ ਹੋਵੇ, ਚਲੋ ਮੰਨ ਲਓ ਕੋਈ ਪਾਰਟੀ ਕਰਨੀ ਹੋਵੇ, ਅਤੇ ਉਹ ਕਿੰਨਾ ਕੁ ਖਰਚਾ ਆ ਜਾਂਦਾ ਜੀ? ਖਰਚਾ ਭਾਅ ਜੀ ਜੇ ਵੀਕ ਦਾ ਤੁਸੀਂ ਇੱਕ ਵੀਕ ਦਾ ਲਾ ਲਓ ਵੀ ਇੱਕ ਪਰ ਪਰਸਨ ਅਰਾਊਂਡ 1800-2000 ਡਾਲਰ, ਅਰਾਊਂਡ 2500-2000 ਡਾਲਰ ਪਰ ਹੈੱਡ ਆ ਜਾਂਦਾ ਜੀ ਵੀਕ ਦਾ। ਵੀਕ ਦਾ ਇਹਦੇ ਵਿੱਚ ਕੀ ਕੀ ਸ਼ਾਮਿਲ ਹੁੰਦਾ? ਇਹਦੇ 'ਚ ਰਹਿਣ ਦਾ ਸਾਰਾ ਅਤੇ ਖਾਣ ਪੀਣ ਦਾ, ਏਅਰ ਟਿਕਟਸ, ਟ੍ਰਾਂਸਫਰ, ਹੋਟਲ, ਐਵਰੀਥਿੰਗ ਇਨਕਲੂਡਿਡ ਹੁੰਦਾ। ਠੀਕ ਹੈ, ਇੱਕ ਵਾਰ ਤੁਸੀਂ ਆਪਣਾ ਫੋਨ ਨੰਬਰ ਫਿਰ ਤੋਂ ਸਾਂਝਾ ਕਰ ਦਿਓ ਸਾਡੇ ਦਰਸ਼ਕਾਂ ਦੇ ਨਾਲ, ਤਾਂ ਕਿ ਤੁਹਾਡੇ ਨਾਲ ਸੰਪਰਕ ਕਰ ਸਕਣ ਜਦੋਂ ਵੀ ਕਿਸੇ ਨੇ ਕੋਈ ਇਹਦੇ ਨਾਲ ਟਰੈਵਲ ਨਾਲ ਰਿਲੇਟਡ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਜੀ। ਹਾਂਜੀ ਭਾਅ ਜੀ, ਸਾਡਾ ਫੋਨ ਨੰਬਰ ਹੈਗਾ ਜੀ 9055-595-900, 905-595-1700, ਅਤੇ ਵੈਬਸਾਈਟ ਹੈਗੀ ਆ www.manntravel.com। ਪ੍ਰਾਈਮ ਏਸ਼ੀਆ ਟੀਵੀ ਦਾ ਕੋਈ ਦਰਸ਼ਕ ਆਏਗਾ ਤਾਂ ਥੋੜ੍ਹੀ ਬਹੁਤ ਰਿਆਇਤ ਕਰ ਦਿਓ ਜੀ ਪਲੀਜ਼। ਜ਼ਰੂਰ ਜੀ ਜ਼ਰੂਰ। ਸਾਨੂੰ ਭਾਅ ਜੀ ਮੈਂ ਦੱਸਣਾ ਚਾਹੁੰਦਾ ਵੀ ਜਿਸ ਦਿਨ ਤੋਂ ਅਸੀਂ ਪ੍ਰਾਈਮ ਏਸ਼ੀਆ ਨਾਲ ਜੁੜੇ ਹਾਂ, ਸਾਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਪ੍ਰਾਈਮ ਏਸ਼ੀਆ ਤੋਂ। ਮੈਂ ਖੁਦ ਆਪ ਬਹੁਤ ਪ੍ਰਾਈਮ ਏਸ਼ੀਆ ਦੇ ਪ੍ਰੋਗਰਾਮ ਦੇਖਦਾ, ਤੁਹਾਡਾ ਪ੍ਰੋਗਰਾਮ ਖਾਸ ਕਰਕੇ ਬਹੁਤ ਵਾਰੀ ਦੇਖਿਆ, ਅਤੇ ਹਾਂਜੀ ਬਹੁਤ ਵਧੀਆ ਚੈਨਲ ਹੈ ਅਤੇ ਸਾਨੂੰ ਬਹੁਤ ਵਧੀਆ ਭਰਮਾ ਹੰਗਾਰਾ ਮਿਲਿਆ ਇੱਥੋਂ।
ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਪ੍ਰਾਈਮ ਏਸ਼ੀਆ ਟੀਵੀ ਨੂੰ ਇੰਨਾ ਪਸੰਦ ਕਰਦੇ ਹੋ। ਆਖਿਰ ਦੇ ਵਿੱਚ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਵਾਸਤੇ, ਸਾਰਿਆਂ ਵਾਸਤੇ ਅਮਰਜੀਤ ਮਾਨ ਹੋਣਾ ਦਾ ਕੋਈ ਵੀ ਸੁਨੇਹਾ, ਕੋਈ ਵੀ ਮੈਸੇਜ ਤੁਸੀਂ ਸਾਂਝਾ ਕਰ ਸਕਦੇ ਹੋ ਜੀ? ਮੈਂ ਇਹੀ ਭਾਅ ਜੀ ਕਹੂੰਗਾ ਵੀ ਸਰਵਿਸ ਹੁੰਦੀ ਆ, ਕਿੱਥੋਂ ਵੀ ਤੁਸੀਂ ਸਰਵਿਸ ਲੈਂਦੇ ਹੋ, ਪਰ ਉਹਨੂੰ ਤੁਸੀਂ ਜ਼ਿਆਦਾ ਇਹ ਨਾ ਦੇਖੋ ਵੀ ਕੌਣ $5-10 ਸਸਤੀ ਦਿੰਦਾ ਜਾਂ ਕੀ ਆ, ਪਰ ਉਹ ਤੁਸੀਂ ਰਜਿਸਟਰਡ ਜੋ ਵੀ ਟਰੈਵਲ ਏਜੰਸੀ ਆ ਉਹਦੇ ਤੋਂ ਬਾਏ ਕਰੋ। ਅੱਜ ਕੱਲ੍ਹ ਬਹੁਤ ਫਰਾਡ ਚੱਲ ਰਹੇ ਮਾਰਕੀਟ 'ਚ, ਜਿਵੇਂ ਟਿਕਟਸ ਮਹਿੰਗੀਆਂ ਹੁੰਦੀਆਂ, ਉਹ ਬਾਹਰੋਂ ਕੋਈ ਕਿਸੇ ਦੇ ਫਰਾਡ ਦੇ ਕਾਰਡ ਪਾ ਕੇ ਬੁਕਿੰਗ ਬਣਾ ਦਿੰਦੇ ਆ। ਸੋ ਮੈਂ ਇਹ ਕਹਿੰਦਾ ਵੀ ਜਿੱਥੋਂ ਵੀ ਤੁਸੀਂ ਟਿਕਟ ਲੈਣੀ ਆ, ਮੇਕ ਸ਼ੋਰ ਉਹ ਏਜੰਸੀ ਰਜਿਸਟਰਡ ਹੋਵੇ ਟਰੈਵਲ ਇੰਡਸਟਰੀ ਕੌਂਸਲ ਆਫ ਅੰਟਾਰੀਓ ਨਾਲ। ਅਤੇ ਬਾਕੀ ਤੁਸੀਂ ਜੇ ਔਨਲਾਈਨ ਵੀ ਲੈਣੀ ਤਾਂ ਵੀ ਧਿਆਨ ਰੱਖੋ ਵੀ ਮੇਕ ਸ਼ੋਰ ਜੇ ਜਿੱਧਰ ਦੀ ਤੁਸੀਂ ਬੁਕਿੰਗ ਕੀਤੀ ਆ ਤੁਹਾਡੇ ਕੋਲ ਵੀਜ਼ੇ ਦੀ ਰਿਕੁਆਇਰਮੈਂਟ ਪੂਰੀ ਆ, ਜਾਂ ਤੁਸੀਂ ਪ੍ਰੋਪਰ ਆਪਣੇ ਨਾਮ ਸਹੀ ਕਰੋ, ਹੈ ਨਾ, ਜ਼ਿਆਦਾ ਨਾਮ ਦੀ ਵੀ ਪ੍ਰੋਬਲਮ ਆਉਂਦੀ ਆ। ਅਤੇ ਬਸ ਇਹੀ ਆ ਵੀ ਆਪਣੀ ਮੈਂ ਅਗੇਨ ਆਪਣੀ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਸਾਨੂੰ ਇੰਨਾ ਤੁਸੀਂ ਦਿੱਤਾ, ਮਾਣ ਸਤਿਕਾਰ ਦਿੱਤਾ, ਇੰਨਾ ਪਿਆਰ ਦਿੱਤਾ। ਹਾਂਜੀ ਬਿਲਕੁਲ, ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਥੈਂਕ ਯੂ ਅਮਰਜੀਤ ਜੀ, ਤੁਸੀਂ ਇੰਨਾ ਆਪਣਾ ਕੀਮਤੀ ਵਕਤ ਵਿੱਚੋਂ ਵਕਤ ਕੱਢਿਆ, ਪ੍ਰਾਈਮ ਏਸ਼ੀਆ ਟੀਵੀ ਦੇ ਵਿਹੜੇ ਦੇ ਵਿੱਚ ਆਏ। ਇਹ ਸਨ ਜੀ ਮਾਨ ਟਰੈਵਲਸ ਤੋਂ ਅਮਰਜੀਤ ਮਾਨ, ਜਿਨ੍ਹਾਂ ਨੇ ਦੱਸਿਆ ਆਪਣੀ ਜ਼ਿੰਦਗੀ ਦਾ ਸਫ਼ਰ, ਉਸ ਸਫ਼ਰ ਦੇ ਵਿੱਚੋਂ ਨਿਕਲਦਾ ਇੱਕ ਟਰੈਵਲ ਏਜੰਸੀ ਦਾ ਸਫ਼ਰ ਜੋ ਹੁਣ ਵਾਧਾ ਵਾਧਾ ਕਈ ਜਗ੍ਹਾ 'ਤੇ ਪਹੁੰਚ ਚੁੱਕਾ ਹੈ, ਅਤੇ ਉਸ ਤੋਂ ਅੱਗੇ ਵੀ ਇਸਨੂੰ ਵਧਾਉਣ ਦਾ ਉਹਨਾਂ ਦਾ ਯਤਨ ਜਾਰੀ ਹੈ। ਛੇਤੀ ਵੈਨਕੂਵਰ ਵਿੱਚ ਵੀ ਪਹੁੰਚਣ ਵਾਲੇ ਆ। ਜਦੋਂ ਵੈਨਕੂਵਰ ਵਿੱਚ ਪਹੁੰਚੇ, ਵੈਨਕੂਵਰ ਵਿੱਚ ਬੈਠੇ ਸਾਡੇ ਜਿਹੜੇ ਆ ਸਾਰੇ ਦਰਸ਼ਕ, ਉਹ ਵੀ ਇਹਨਾਂ ਦੀਆਂ ਸੇਵਾਵਾਂ ਦਾ ਲਾਹਾ ਲੈ ਸਕਦੇ ਆ। ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਮਹਿਮਾਨ ਦੇ ਨਾਲ। ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।